ਸਸਿਕਾਲ ਦੋਸਤੋ ਅੱਜ ਆਪਾਂ ਲੈ ਗਏ ਆ ਕਿ ਇਸ ਟੂੜੀ ਲੀਪਰ ਜੀ ਇਹ ਲੀਪਰ ਬਕਾ ਹੈ ਇਹ ਰੀਪਰ 2018 ਮਾਡਲ ਆਈ ਇਹ ਪਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ ਰੀਪਰ ਪਿਆਈ ਔਗਰ ਵੇਖ ਸਕਦੇ ਹੋ ਗੇਅਰ ਵੇਖ ਸਕਦੇ ਹੋ ਜੀ ਪੂਰਾ ਸਾਫ ਰੀਪਰ ਵਈ ਕੇਐਸ 755 ਬਾਡੀ ਲੈਂਡ ਦਾ ਵੀ ਰੀਪਰ ਪੂਰਾ ਸਾਫ ਪਿਆਈ ਐਮ ਆਰਫ ਦੇ ਟਾਇਰ ਨੇ ਤੁਸੀਂ ਵੇਖ ਸਕਦੇ ਹੋ ਰੀਪਰ ਨੂੰ ਪੱਖੇ ਦੇਖ ਸਕਦੇ ਹੋ ਜੀ ਪੱਖਿਆਂ ਦਾ ਵੀ ਪੂਰਾ ਸਾਫ ਪਿਆ ਜੀ ਰੀਪਰ ਕਿਸੇ ਪਾਸੋਂ ਵੀ ਵੈਲਡਿੰਗ ਹੋਇਆ ਹੋਇਆ ਪੱਖੇ ਦੇਖ ਸਕਦੇ ਹੋ ਦੂਸਰੀ ਸਾਈਡ ਤੇ ਪੂਰਾ ਸਾਫ ਰੀਪਰ ਪਿਆ ਜੀ 2018 ਮਾਡਲ ਦਾ ਕੀ ਐਸ ਰੀਪਰ ਇਸ ਦੀ ਡਿਮਾਂਡ ਆ ਕਿ 2,55,000 ਰੁਪਏ ਰੱਖਿਆ ਗਿਆ। ਬਾਕੀ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ। ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਮਾਲਕ ਵੀਰ ਨਾਲ ਇਹ ਰੀਪਰ ਖਰੀਦ ਸਕਦੇ ਹੋ ਜੀ। KS 752 DV ਪੂਰਾ ਸਾਫ ਰੀਪਰ ਪਿਆ ਹੈਗਾ ਮਾਡਲ 2018 ਜੀ ਉਸ ਤੋਂ ਬਾਅਦ ਵੇਸ ਕਰਮ ਆਈ ਇਹ ਰੀਪਰ 2014 ਮਾਡਲ ਆ ਰੀਪਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ ਰੀਪਰ ਹੈਗਾ 16 ਨਾਉਂ ਦੀਆਂ ਪੁਲੀਆਂ ਨੇ ਬਾਕੀ ਕਟਰ ਵੇਖ ਸਕਦੇ ਹੋ ਵੇਖ ਸਕਦੇ ਹੋ ਸਾਰਾ ਕੰਮ ਰੀਪਰ ਦਾ ਹੋਇਆ ਹੋਇਆ ਜੀ ਮਾਰਡਰ 2014 ਜੀ ਹਿੰਮਤਪੁਰੇ ਵਾਲਿਆਂ ਦਾ ਬਣਿਆ ਹੋਇਆ ਇਹ ਰੀਪਰ ਆ ਇਸ ਲਈ ਪਰੇਡ ਵਾਲਾ ਕੀ ਉਹ 1.5 ਲੱਖ ਰੁਪਏ ਰੱਖਿਆ ਗਿਆ ਬਾਕੀ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਤੁਸੀਂ ਮਾਲਕ ਵੀਰ ਨਾਲ ਕੰਟੈਕਟ ਕਰਕੇ ਇਹ ਰੀਪਰ ਖਰੀਦ ਸਕਦੇ ਹੋ ਜੀ 2014 ਰੀਪਰ ਹੈ ਇਸ ਕਰਮਾ ਹਿੰਮਤਪੁਰੇ ਦਾ ਬਣਿਆ ਹੋਇਆ ਹੈਗਾ ਸਾਰਾ ਕੰਮ ਰੀਪਰ ਦਾ ਹੋਇਆ ਹੋਇਆ ਜੀ ਪੂਰਾ ਸਾਫ ਰੀਪਰ ਪਿਆ 14 ਮਾਡਲ ਟਾਇਰਾਂ ਬਿਲਕੁਲ ਨਵੇਂ ਲੱਗੀਆਂ ਹੋਈਆਂ ਨੇ ਜੀ ਤੋਦ ਕੇਸ ਫੇਰ ਆ ਗਈ 2018 ਮਾਡਲ 911 ਦੇ ਟਾਇਰਾਂ ਚ ਇਹ ਰੀਪਰ ਵੀ ਬੁਰਾ ਸਾਫ ਪਈ ਗੀਅਰ ਵੇਖ ਸਕਦੇ ਹੋ ਕਲੌਸ ਵੇਖ ਸਕਦੇ ਹੋ ਬਾਕੀ 911 ਦੇ ਟਾਇਰਾਂ ਚ ਆ ਜੀ ਇਹ ਰੀਪਰ ਗੁਡਇਰ ਦੇ ਟਾਇਰ ਨੇ ਸੋਲਾ ਨੋ ਦੇ ਚੱਕ ਪੁਲੀਆਂ ਲਈ ਟਾਇਰ ਵੇਖ ਸਕਦੇ ਹੋ ਗੁਡੀਆਰ ਦੇ ਟਾਇਰ ਨੇ ਪੂਰਾ ਸਾਫ ਰੀਪਰ ਪਿਆ ਜੀ ਮਾਡਲ 2018 ਹੀ ਬਾਕੀ ਪਿੱਛੋਂ ਵੇਖ ਸਕਦੇ ਹੋ ਰੀਪਰ ਨੂੰ ਪੂਰਾ ਸਾਫ ਰੀਪਰ ਪਿਆ ਜੀ ਪੱਖਿਆਂ ਦਾ ਵੀ ਇਹ ਰੀਪਰ ਪਿੰਡ ਭੈਣੀ ਦੇ ਸਾਜਲਾ ਬਰਨਾਲਾ ਨੇੜੇ ਧਰੋਲਾ ਵਿਖੇ ਖੜਿਆ ਹੈ। ਤੁਸੀਂ ਮਾਲਕ ਵੀਰ ਨਾਲ ਕੰਟ੍ਰੈਕਟ ਕਰਕੇ ਇਹ ਰੀਪਰ ਖਰੀਦ ਸਕਦੇ ਹੋ ਜੀ। ਮਾਲਕ ਵੀਰ ਦਾ ਕੰਟ੍ਰੈਕਟ ਨੰਬਰ ਜਿਹੜਾ ਉੱਪਰ ਟਾਈਟਲ ਦੇ ਵਿੱਚ ਦਿੱਤਾ ਰਿਹਾ। ਇਹ ਰੀਪਰ ਦੀ ਡਿਵਾਰਡ ਹੈ ਜਿਹੜੀ ਨਾੜਗੜ ਰੇਟਾਂ ਦੇ 2,55,000 ਰੁਪਏ ਰੱਖਿਆ ਗਿਆ ਜੀ। ਪੂਰਾ ਸਾਫ਼ ਰੀਪਰ ਹੈਗਾ। ਬਿਸ਼ਕਾਰਬਾਰ ਦਾ 1.5 ਲੱਖ ਰੁਪਏ 14 ਮਾਡਲ ਦਾ ਜੀ। ਪੂਰੇ ਸਾਫ਼ ਰੀਪਰ ਤੇ ਨਈ। ਇਹ ਸਨੇਜੋ 18 ਮਾਡਲ ਨੇ ਬਿਸਕਰਮਾ 14 ਮਾਡਲ ਜੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਹਰ ਨੂੰ ਵੀ ਵੀਡੀਓ ਤੁਸੀਂ ਪਹਿਲਾਂ ਵੇਖ ਸਕੋ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ